प्यारे खालसा जी आओ न धड़क ढाडी जथे नाल फतेह दी पाओ सांझ आखो जी वाहिगुरु जी का खालसा वाहिगुरु जी की फतेह। गुरु नानक देव जी तो लैके मोदी तक जेड़ी भी सरकार आई उन्हें सिखां नूं मारिया ही मारिया। गल करिए 20वीं सदी दे सूरमे संत जरनैल सिंह भिंडरां वाले खालसा जी दी, उन्होंने सिखां नूं मंगा लेके देण लई सेंटर नाल मोर्चा लाया भी सानू सिखां दे हक दिओ, पर आखिर की कीता इंदिरा ने बड़ा वड्डा हमला कीता, उन्हें लखां ही बच्चे ते बीबियां बजुर्ग गोलियां ना भुन्ने, वह इच्छे ही बस नहीं। उन्हें मुख्यमंत्री बेअंत वर्गियां रबैरो वर्गियां नूं गोबिंद राम वर्गे बुच्चड़ां दी ड्यूटी लाई, इन्हां दे मुंडे घरां चों चक चक के झूठे मुकाबले बना के मार दिओ। आखिर की होया कि मजबूर होके सिखां नूं हथियार चकने पए। मानो चाल वर्गियां, लाभ सिंह वर्गियां, सुखदेव बब्बर वर्गियां, गुरजंट सिंह वर्गियां ने जो इन्हां बुच्चड़ां नूं गोबिंद राम वर्गियां नूं गड्डी चढ़ाया, उन्हां लैणां नूं कड़ा ਕੇ ਦਾ ਢਾਡੀ ਜਥਾ ਨ ਤੜਕ ਢਾਡੀ ਜਥਾ ਹੈ ਇਉਂ ਬਿਆਨ ਕਰਦਾ ਬਈ। ਐਸ ਪੀ ਗੋਬਿੰਦ ਰਾਮ ਪੁੱਤ ਮਾਵਾਂ ਦੇ ਮਾਰ ਕੇ ਖਪਾਏ ਸੀ, ਬੀਬੀ ਗੁਰਮੀਤ ਗੁਰਦੇਵ ਕੌਰ ਤੇ ਬੜੇ ਜ਼ੁਲਮ ਮਟਾਏ ਸੀ। ਗੁਰਮੀਤ ਗੁਰਦੇਵ ਕੌਰ ਤੇ ਬੜੇ ਜ਼ੁਲਮ ਮਟਾਏ ਸੀ, ਬੱਬਰਾਂ ਨੇ ਬੁੱਚੜਾਂ ਦਾ ਪੁੱਤ ਮਾਰ ਕੇ ਪਾਈ ਭਾਜੀ ਮੋੜਤੀ, ਜੁਝਾਰੂਆਂ ਨੇ ਜ਼ਿੰਮੇਵਾਰੀ ਚੁੱਕ ਉਸ ਦੀ ਲੜੀ ਅੱਗੇ ਤੋਰਤੀ, ਜੁਝਾਰੂਆਂ ਨੇ ਜ਼ਿੰਮੇਵਾਰੀ ਚੁੱਕ ਉਸ ਦੀ ਲੜੀ ਅੱਗੇ ਤੋਰਤੀ। ਗੱਲ ਤੇ ਬੇਅੰਤ ਸੀ ਜਲਾਦ ਬਣ ਕੇ ਉਹਨਾਂ ਹੁਕਮ ਝਾੜਦੇ, ਚੁੱਕ ਕੇ ਹਜ਼ਾਰਾਂ ਮੁੰਡੇ ਘਰਾਂ ਵਿੱਚੋਂ ਸੀ ਮਾਰਤੇ, ਚੁੱਕ ਕੇ ਹਜ਼ਾਰਾਂ ਮੁੰਡੇ ਘਰਾਂ ਵਿੱਚੋਂ ਸੀ ਗੋਲੀਆਂ ਨਾ ਮਾਰਤੇ। ਪੀਏ ਪੀ ਦੇ ਦਫ਼ਤਰ ਵਿੱਚ ਬੱਬਰਾਂ ਹਜਾ ਕੇ ਬੰਬ ਤਾਰਤਾ, ਬੁੱਚੜ ਗੋਬਿੰਦ ਰਾਮ ਨੱਬੇ ਵਿੱਚ ਸੀ ਬੋਟੀ ਬੋਟੀ ਕਰਤਾ, ਬੁੱਚੜ ਗੋਬਿੰਦ ਰਾਮ ਨੱਬੇ ਵਿੱਚ ਸੀ ਬੋਟੀ ਬੋਟੀ ਕਰਤਾ। ਜਦੋਂ ਸੀ ਜਲੰਧਰ ਚ ਬੰਬ ਚੱਲਿਆ ਵਿਦੇਸ਼ ਧੁੰਮਾਂ ਪੈ ਗਈਆਂ, 1990-10 ਸੀ ਜਨਵਰੀ ਢੇਰੀਆਂ ਹੀ ਟਹਿ ਗਈਆਂ, 1990-10 ਸੀ ਜਨਵਰੀ ਢੇਰੀਆਂ ਹੀ ਟਹਿ ਗਈਆਂ। ਸਿੱਖਾਂ ਨੂੰ ਵਿਦੇਸ਼ਾਂ ਵਿੱਚ ਚਾ ਚੜਿਆ ਜਦੋਂ ਪਤਾ ਲੱਗਿਆ, ਗਾਡਰ ਤੇ ਛੱਤਾਂ ਸੀ ਉਹ ਤਾਨੂੰ ਉੱਡੀਆਂ ਜ਼ਾਲਮ ਨ ਲੱਭਿਆ, ਗਾਡਰ ਤੇ ਛੱਤਾਂ ਸੀ ਉਹ ਤਾਨੂੰ ਉੱਡੀਆਂ ਜ਼ਾਲਮ ਨ ਲੱਭਿਆ। ਬੱਬਰ ਸੁਖਦੇਵ ਸਿੰਘ ਨੇ ਕਈ ਦੁਸ਼ਟ ਮਾਰੇ ਸੀ, ਸੂਰਮੇ ਬੱਬਰ ਸੁਖਦੇਵ ਸਿੰਘ ਨੇ ਕਈ ਦੁਸ਼ਟ ਮਾਰੇ ਸੀ। ਗਿੱਲ ਤੇਰ ਪੈਰੋਂ ਬੱਚ ਸੋਟੀ ਕੁੱਟ ਨਾ ਮਰੇ ਨਰਕ ਭੋਗਦੇ, ਬਿਕਰ ਕੜਾ ਕੇ ਦਮ ਲਿਖ ਲੈਂਦੇ ਨੇ ਨਰਕਾਂ ਚ ਡੋਬਦੇ, ਬਿਕਰ